चंडीगढ़ जाने का मतलब पांच चार पांच हजार का खर्चा है, दिहाड़ी अड्ड फुटू। पहला लैके नहीं जाते जथेदार, वो चलांगे चलां लै, वो हो गई गल सुखबीर होर चलांगे लै, जिदे जाना है वड्डी गड्डी कर ला, फिर दस जाने जावांगे। आस नाम नहीं टप्पण देंदे सी, लै लो फिर वीरां, चल चलो गए गां रोटी ना खा लिए पटियाले तो टप के, फिर अगे गए उत्थे जाना मुख्यमंत्री नूं मिलना जां मंत्री नूं, उन्हूं दूजे नूं कह देना वो तुसीं इधर रहो मैं जाके अंदर गल करदा, अंदर जाके भावें मंत्री नूं गालां कढे किधर मूँह चक्की फिरदा, बाहर आ कहना थोड़ी ही गल करी जांदा सी, कहिंदा करा देंगे सारिआं दे काम लै, आउंदे होए फिर कहिंदे इधर इत्थे 49 सैक्टर दा ठेका पैंदा लै लो फिर चलीए। फिर अगला कहिंदा यार 15,000 नूं पट्टे गए, नाले पता नहीं लग्गिआ की काम होइआ, ना कोई मिलाया, सामने मूँह ते गल करा दिंदा, ਇਹ ਕੰਮ ਬੰਦ ਕਰ ਦੇਣਾ ਆਪਾਂ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਸਰਕਾਰ ਤੁਹਾਡੇ ਕੋਲ ਆਇਆ ਕਰੂਗੀ। ਇੱਥੇ ਖੱਜਲ ਖੁਆਰੀਆਂ ਲੋਕਾਂ ਦੀਆਂ ਬੰਦ ਕਰਨੀਆਂ ਨੇ ਬਸ, ਬਹੁਤ ਸਾਰੇ ਸਰਕਾਰੀ ਦਫ਼ਤਰ ਬੰਦ ਹੋ ਜਾਣਗੇ ਦੇਖ ਲਿਓ, ਲੋੜ ਹੀ ਨਹੀਂ, ਜ਼ਮਾਨਾ ਬਦਲ ਗਿਆ ਜੀ, ਕੰਮ ਤਾਂ ਮੋਬਾਈਲ 'ਤੇ ਹੋਣ ਲੱਗ ਗਏ। ਦਿੱਲੀ ਦੇ ਵਿੱਚ ਸਰਕਾਰੀ ਦਫ਼ਤਰ ਬੰਦ ਕਰਨ ਲੱਗ ਗਏ ਕੇਜਰੀਵਾਲ ਸਾਹਿਬ, ਉਹ ਕਹਿੰਦੇ ਕੰਮ ਹੀ ਮੋਬਾਈਲ 'ਤੇ ਹੋਣ ਲੱਗ ਗਏ, ਲੈਪਟਾਪ 'ਤੇ ਹੋਣ ਲੱਗ ਗਏ, ਘਰੋਂ ਕੰਮ ਹੋਣ ਲੱਗ ਗਏ। ਕਰੋਨਾ ਤੋਂ ਬਾਅਦ ਬਹੁਤ ਸਾਰੇ ਚੇਂਜ ਆ ਗਈਆਂ, ਸੋ ਇਸ ਕਰਕੇ ਆ ਤੁਹਾਡਾ ਜਿਹੜਾ ਸਬ ਤਹਿਸੀਲ ਕੰਪਲੈਕਸ ਹੈ ਬਣੂਗਾ 6 ਮਹੀਨਿਆਂ ਦੇ ਬਣ ਕੇ ਤਿਆਰ ਹੋਊਗਾ, ਟਾਈਮ ਵੀ ਨਾਲ ਦਿੰਦੇ ਹਾਂ ਅਸੀਂ। ਪਹਿਲਾਂ ਵਾਲਾ ਕੰਮ ਨਹੀਂ ਹੈਗਾ ਵੀ ਨੀਂਹ ਪੱਥਰ ਪਏ ਨੇ ਗੱਡੇ, ਨੀਂਹ ਪੱਥਰ ਪੰਜ ਪੰਜ ਫੁੱਟ ਮਿੱਟੀ 'ਚ ਆ ਗਏ, ਭਰਤਾਂ ਪੈ ਗਈਆਂ ਬਾਅਦ 'ਚ, ਕਹਿੰਦੇ ਪੱਕੇ ਸੇ ਜ਼ਮਾਨੇ 'ਚ ਧਰਿਆ ਸੀ ਇਹ, ਉਦੋਂ ਬਾਅਦ ਭਰਤਾਂ ਪੈ ਗਈਆਂ, ਨੀਂਹ ਪੱਥਰ ਵਿੱਚ ਗੱਡੇ ਗਏ। 6 ਮਹੀਨੇ ਤਿਆਰ ਹੋਊਗਾ, ਔਰ ਜਿੱਦਾਂ ਤਿਆਰ ਹੋ ਗਿਆ ਜਿਹੜਾ ਵੀ ਪਹਿਲਾ ਬਾਪੂ ਫਰਦ ਲੈਣ ਆਊਗਾ ਜਾਂ ਸੇਵਾ ਕੇਂਦਰ 'ਚ ਕੋਈ ਕੰਮ ਕਰਾਉਣ ਆਊਗਾ, ਉਹ ਤੋਂ ਉਦਘਾਟਨ ਕਰਾ ਲਾਂਗੇ। ਬਹੁਤ ਸਾਰੇ ਪੁਲ ਚੱਲ ਪਏ, ਮੇਰੇ ਕੋਲ MLA ਮੰਤਰੀ ਆਉਂਦੇ ਨੇ, ਜਨਾਬ ਜੀ ਸਾਡਾ ਪੁਲ ਚੱਲ ਪਿਆ ਅਤੇ ਉਦਘਾਟਨ ਤਾਂ ਕਰ ਜੋ, ਮੈਂ ਕਿਹਾ ਪੁਲ ਚੱਲ ਪਿਆ ਨਾ, ਕਹਿੰਦੇ ਹਾਂ, ਮੈਂ ਕੋਈ ਨਹੀਂ ਤੁਸੀਂ ਇਸ ਕਰਕੇ ਕੋਈ ਪੁਲ ਨਹੀਂ ਰੁਕਣਾ ਚਾਹੀਦਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਉਦਘਾਟਨ ਕਰਨ ਦਾ, ਪੁਲ ਚਲਾ ਦਿਓ, ਮੈਂ ਕਿਹਾ ਉੱਥੇ ਕਿਸੇ ਟਰੱਕ ਡਰਾਈਵਰ ਤੋਂ ਕਰਾ ਦਿਓ ਉਦਘਾਟਨ, ਜਿਹਦਾ ਬਚਿਆ ਉਹ ਵੀ ਮੇਰਾ ਤੇਲ ਬਚਿਆ ਜੀ, ਪੁਲ ਚੱਲ ਪਿਆ ਇਹ, ਨਹੀਂ ਤਾਂ ਮੈਂ ਉੱਧਰ ਦੀ ਆਉਂਦੀ ਸੀ ਗੇੜਾ ਪਾ ਕੇ। ਸੋ ਇਹ ਲੋਕਾਂ ਦੀ ਸਰਕਾਰ ਹੈ, ਲੋਕ ਹੀ ਉਦਘਾਟਨ ਕਰਨ ਆਪ ਹੀ, ਇਹ ਅਸੀਂ ਪੋਲਿਸੀ ਲੈ ਕੇ ਆਉਂਦੇ। ਹਸਪਤਾਲ ਦੇ ਮੈਨੂੰ ਪਤਾ, ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਸਿਹਤ ਮੰਤਰੀ ਸਾਹਿਬ ਨਾਲ, ਉਹ ਆ ਕੇ ਵੀ ਗਏ ਨੇ, ਬੜੀ ਜਲਦੀ ਆਪਾਂ ਨੂੰ ਜਿਹੜਾ 30 ਬੈੱਡ ਦਾ ਜਿਹੜਾ ਤੁਹਾਡਾ ਹਸਪਤਾਲ ਹੈ ਬਿਲਕੁਲ ਅਪਡੇਟਡ ਕਰਾਂਗੇ, ਡਾਕਟਰ ਵੀ ਪੂਰੇ ਹੋਣਗੇ, ਮਸ਼ੀਨਾਂ ਵੀ ਹੋਣਗੀਆਂ, ਕਿ ਇੱਥੋਂ ਇਕੱਲਾ ਰੈਫਰ ਨਾ ਕਰੋ ਕਿ ਇੱਥੋਂ ਪਟਿਆਲੇ ਨੂੰ ਭੇਜ ਦਿਓ ਜੀ, ਇੱਥੋਂ ਰਜਿੰਦਰਾ ਹਸਪਤਾਲ ਭੇਜ ਦਿਓ ਜਾਂ ਇੱਥੋਂ DMC ਦਾ ਪਰਚਾ ਕੱਟ ਦਿਓ, ਇਕੱਲੇ ਰੈਫਰ ਸੈਂਟਰ ਨਾ ਬਣ ਜਾਣ, ਇੱਥੇ ਇਲਾਜ ਹੋਵੇ। ਹਾਂ ਕੋਈ ਇਹੋ ਜਿਹੀ ਬਿਮਾਰੀ ਹੈ ਜਾਂ ਕੋਈ ਇਹੋ ਜਿਹਾ ਕੇਸ ਹੈ ਵੀ ਜਿਹੜਾ ਕਿ ਵੱਡੇ ਸ਼ਹਿਰਾਂ 'ਚ ਇਲਾਜ ਹੋ ਸਕਦਾ, ਫਿਰ ਭਾਵੇਂ ਚਲਾ ਜਾਵੇ, ਪਰ ਵੱਧ ਤੋਂ ਵੱਧ ਇਲਾਜ ਇੱਥੇ ਹੀ ਹੋ ਸਕੇ, ਉਹਦੇ ਲਈ ਅਸੀਂ ਮੇਕ ਸ਼ੋਰ ਕਰਾਂਗੇ, ਚੀਮਿਆਂ ਦਾ ਜਿਹੜਾ ਹਸਪਤਾਲ ਹੈ ਅਪਡੇਟ ਕਰਾਂਗੇ। ਬਾਕੀ ਢੱਡਰੀਆਂ ਵਾਲੀ ਤੁਸੀਂ ITI ਕਿਹਾ, ਤੁਸੀਂ ਮੈਨੂੰ ਸਾਰਾ ਜਿਹੜਾ ਉਹਦਾ ਜ਼ਮੀਨ ਦਾ ਅਤੇ ਉਹ ਸਾਰਾ ਲੈ ਆਓ, ਮੈਂ ਐਗਜ਼ਾਮਿਨ ਕਰ ਲੂੰਗਾ, ਅਤੇ ਇੱਕ ਸੈਂਟਰ ਪੈਂਦਾ, ਕਿੰਨੇ ਪਿੰਡ ਪੈਂਦੇ ਨੇ ਆਲੇ ਦੁਆਲਿਓ, ਅਤੇ ਉਸ ਹਿਸਾਬ ਨਾਲ ਫਿਰ ਆਪਾਂ ITI 'ਚ ਵੀ ਨਵੇਂ ਨਵੇਂ ਕੋਰਸ ਜਿਹੜੇ ਨੇ ਸ਼ੁਰੂ ਕਰ ਦਾਂਗੇ, ਤੁਸੀਂ ਮੇਰੇ ਕੋਲ ਲੈ ਆਓ ਸਾਰਾ, ਉਹ ਆਪਾਂ ਦੇਖ ਲਾਂਗੇ। ਸੋ ਮੈਂ ਇਹ ਗੱਲ ਨਹੀਂ ਦੇਖਦਾ ਹੁੰਦਾ ਕਿ ਇਹ ਕਿੱਥੇ ਬਣ ਰਿਹਾ, ਮੈਂ ਕਹਿੰਦਾ ਜੇ ਕੋਈ ਫਾਇਦਾ ਹੋ ਰਿਹਾ ਕਿਸੇ ਦਾ, ਬਹੁਤ ਸਾਰੇ ਸਕੂਲ ਇਹੋ ਜਿਹੇ ਨੇ ਜਿੱਥੇ ਗੁਆਂਢ ਪਿੰਡ 'ਚੋਂ ਕੁੜੀਆਂ ਆ ਨਹੀਂ ਸਕਦੀਆਂ, 4 ਕਿਲੋਮੀਟਰ ਹੀ ਹੈ ਸਕੂਲ, ਪਰ ਪਿੰਡ ਦੇ ਲੋਕ ਕਹਿੰਦੇ ਜੀ ਜਾਂ ਤਾਂ ਬੱਸਾਂ ਮਗਰ ਲੰਮ ਕੇ ਜਾਂਦੀਆਂ ਨੇ ਸਾਡੀਆਂ ਧੀਆਂ ਭੈਣਾਂ ਸਾਡੀਆਂ, ਜਾਂ ਟਰਾਲੀ ਦੇ ਡਾਲਿਆਂ ਮਗਰ ਲੰਮ ਕੇ ਜਾਂਦੀਆਂ ਨੇ, ਜਾਂ ਕਿਸੇ ਅਜਨਬੀਆਂ ਤੋਂ ਰਾਈਡ ਮੰਗਣੀ ਪੈਂਦੀ ਹੈ। ਅੱਜ ਦੇ ਜ਼ਮਾਨੇ 'ਚ ਬਹੁਤ ਸਾਰਾ ਕਲਯੁੱਗ ਦਾ ਜ਼ਮਾਨਾ ਹੈ, ਲੋਕ ਡਰਦੇ ਹੈ, ਫਿਰ ਲੋਕ ਆਪਦੀਆਂ ਬਹੁਤ ਇੰਟੈਲੀਜੈਂਟ ਕੁੜੀਆਂ ਬਹੁਤ ਹੁਸ਼ਿਆਰ ਬੱਚੀਆਂ ਨੂੰ ਇਸ ਕਰਕੇ ਸਕੂਲ 'ਚੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ।
सो ये नहीं आप जो होन देना आप असी प्लैन बनाया असी सरकारी स्कूलों भी प्राइवेट स्कूलों वांगू बसा देवे कि बसा च जान बच्चे बसा ही लैके आन बसा ही छड़ फर्ज कर लो चीमिया की तो उदाहरण दे देना मैं चीमिया के शाहपुर तो बच्चे आते हैं झाड़ों तो आते हैं हीरों तो आते हैं वीर तो आते हैं तोलाल तो कोटड़े तो सतौज तो प्रिंसीपल नूं पता होवे कि केड़े केड़े बच्चे पिंडां तों आउंदे ने सत्तवीं अठवीं नौवीं दी छुट्टी पहलां कर लो घंटा पंज बसां होण इत्थे ओह पंजे पहलां सत्तवीं अठवीं नौवीं वाले नूं छड्डे आउण जदों आ गईआं उदों दसवीं ग्यारहवीं बारहवीं वाले नूं छुट्टी कर लो उन्हां नूं भी छड्डे आउण जी पी एस लग्या होवे मापिआं नूं पता होवे साडी बच्चे वाली बस कित्थे जे आ गई ओह उत्थों चक के अड्डे तों लै जाण उन्हां नूं फिर किवें हो जूगी घटना इदां दी सो ये असी सारे पंजाब दे विच कर लगे प्राइवेट स्कूल भी तो बसा राही लेके जाते ने सो बसा चलावांगे सरकारी स्कूलों नूं बसा देवांगे ताकि बच्चे जिहड़े ने इस गल्लों कोई बच्चा जां बच्ची इस गल्लों स्कूलों नहीं हटने चाहिए कि जाण दा साधन है नहीं सी वो असी देवांगे पिंडा वाले रूट खत्म हो गए बसा दे आपां तां बैठे हाँ इतों पाल चलती होंगी सी किधर गई मूणक तो संगरूर होंगी सी साडे पिंड सिद्धू वाले सी कोटड़े नूं जांदी सी बस शेरों बीती बसा जांदी शाहपुर बीती किधर गई सीधिया ही कर लिया आपदिया ही दब वाली तो पठानकोट बिच दी खड़दे ही नहीं कितें ਪਿੰਡਾਂ ਵਾਲੇ ਰੂਟ ਦੁਬਾਰੇ ਚਲਾਵਾਂਗੇ ਨਾਲ ਤਾਂ ਰੋਜ਼ਗਾਰ ਮਿਲੂਗਾ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਕਹਾਂਗੇ ਚਾਰ ਚਾਰ ਜਣੇ ਇਕੱਠੇ ਹੋ ਕੇ ਇੱਕ ਇੱਕ ਬੱਸ ਪਾਓ ਸਰਕਾਰ ਦੇਊਗੀ ਤੁਹਾਨੂੰ ਬੱਸ ਬਿਨਾਂ ਕਿਸੇ ਵਿਆਜ ਤੋਂ ਤੁਹਾਨੂੰ ਕਰਜ਼ਾ ਦੇਵਾਂਗੇ ਜਿੱਦੇ ਤੁਸੀਂ ਫਾਇਦੇ 'ਚ ਆ ਕੇ ਕਰਜ਼ਾ ਲਾਉਣ ਲੱਗ ਜਿਓ ਨਾਲ ਤਾਂ ਇਹ ਕਰਾਂਗੇ ਮਿੰਨੀ ਬੱਸਾਂ ਪਾਈਏ ਪਿੰਡਾਂ 'ਚ ਤਿੰਨ ਚਾਰ ਚੌਸਰ ਹੋਵੇ ਉਹਦੀ ਤਿੰਨ ਚਾਰ ਗੇੜੇ ਲਾਵੇ ਉਹ ਡਰਾਈਵਰ ਕਨੈਕਟਰ ਕਿੰਨੇ ਉਹਨੂੰ ਕੰਮ ਮਿਲੂਗਾ ਢਾਬਿਆਂ ਵਾਲੇ ਪੈਂਚਰਾਂ ਵਾਲੇ ਗਰੀਸ ਵਾਲੇ ਕਿੰਨਿਆਂ ਨੂੰ ਕੰਮ ਮਿਲੂਗਾ ਇਹ ਕੰਮ ਕਰਨਾ ਇਹਨਾਂ ਨੇ ਭੁੱਲ ਹੀ ਗਏ ਪਿੰਡਾਂ ਨੂੰ ਤਾਂ ਭੁੱਲ ਹੀ ਗਏ ਸੋ ਇਸ ਕਰਕੇ ਬਹੁਤ ਵਧੀਆ ਵਧੀਆ ਅੱਗੇ ਆਉਣ ਵਾਲੇ ਦਿਨਾਂ 'ਚ ਫੈਸਲੇ ਆ ਰਹੇ ਨੇ ਪੁਲਿਸ ਦੇ ਵਿੱਚ ਭਰਤੀ ਹੋਊਗੀ ਹਰ ਸਾਲ ਜਨਵਰੀ 'ਚ ਨੋਟੀਫਿਕੇਸ਼ਨ ਮਈ ਜੂਨ 'ਚ ਪੇਪਰ ਲਿਖਤੀ ਜੁਲਾਈ ਅਗਸਤ 'ਚ ਰਿਜ਼ਲਟ ਉਹਦਾ ਅਕਤੂਬਰ 'ਚ ਫਿਜ਼ੀਕਲ ਟੈਸਟ ਨਵੰਬਰ 'ਚ ਉਹਦਾ ਰਿਜ਼ਲਟ ਹਰ ਸਾਲ ਦਸੰਬਰ 'ਚ 2100 ਪੰਜਾਬ ਪੁਲਿਸ ਦੇ ਕਾਂਸਟੇਬਲ ਅਤੇ ਸਬ ਇੰਸਪੈਕਟਰ ਅਤੇ ਹੈੱਡ ਕਾਂਸਟੇਬਲਾਂ ਨੂੰ ਨੌਕਰੀ ਦੇਣੀ ਹੈ ਜੀ ਹਰ ਸਾਲ ਮੁੰਡੇ ਤਿਆਰੀ ਕਰੋ ਆਓ ਪੁਲਿਸ ਦੇ ਵਿੱਚ ਆਓ ਇੱਕ ਇੱਕ ਵਾਰੀ ਚਾਂਸ ਨਹੀਂ ਮਿਲਿਆ ਅਗਲੇ ਚਾਂਸ ਮਿਲ ਜੂਗਾ ਪੈਸਾ ਤਾਂ ਚੱਲਣਾ ਨਹੀਂ ਉਹ ਮੈਂ ਕਿਤੇ ਨਿਯੁਕਤੀ ਪੱਤਰ ਵੰਡਣ ਗਿਆ ਮੈਂ ਕਹਿਤਾ ਮੈਂ ਕਿਹਾ ਵੀ ਕੋਈ ਪੈਸਾ ਨਹੀਂ ਚੱਲਦਾ ਕੋਈ ਐੱਮ ਐੱਲ ਏ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕੋਈ ਮੰਤਰੀ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤਾੜੀਆਂ ਮਾਰਤੀਆਂ ਲੋਕਾਂ ਨੇ ਅਤੇ ਮੈਂ ਪਹਿਲਾਂ ਹੀ ਮੰਗ ਪੱਤਰ ਉਹ ਨਿਯੁਕਤੀ ਪੱਤਰ ਵੰਡਿਆ ਮੈਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਕਿਹੜਾ ਪਿੰਡ ਕਹਿੰਦਾ ਸਤੌਜ ਤੋਂ ਆਈ ਉਹ ਤੇਰੀ ਮੈਂ ਕਿਹਾ ਮੈਂ ਕਿਹਾ ਕਿਹਦਾ ਮੁੰਡਾ ਤੂੰ ਕਹਿੰਦਾ ਜੀ ਮੈਂ ਉਹਨਾਂ ਦਾ ਮੁੰਡਾ ਅੱਛਾ ਮੈਂ ਕੋਈ ਸਿਫਾਰਿਸ਼ ਪੁੱਛ ਤਾਂ ਨਹੀਂ ਲਾਈ ਕਿਤੇ ਕਹਿੰਦਾ ਨਾ ਜੀ ਮੈਂ ਕਿਹਾ ਵੀ ਮੇਰੀ ਮਾਂ ਆਉਂਦੀ ਰਹਿੰਦੀ ਹੈ 10-15 ਦਿਨ ਪਿੰਡ ਪਿੰਡ ਹੁੰਦੀ ਆ ਉਹਨੂੰ ਤਾਂ ਨਹੀਂ ਕਿਹਾ ਕਿਤੇ ਕਹਿੰਦਾ ਨਾ ਜੀ ਕੋਈ ਪੈਸੇ ਪੁੱਛਦੇ ਨਹੀਂ ਦਿੱਤੇ ਕਹਿੰਦਾ ਨਾ ਜੀ ਕਹਿੰਦਾ ਪੇਪਰ ਦਿੱਤਾ ਸੀਗਾ ਜੀ ਘਰੇ ਚਿੱਠੀ ਆ ਗਈ ਪਰ ਕਹਿੰਦਾ ਲੋਕ ਸ਼ੱਕ ਕਰੀ ਜਾਂਦੇ ਕਹਿੰਦਾ ਮੇਰੇ 'ਤੇ ਜੀ ਮੈਂ ਕਿਹਾ ਯਾਰ ਉਹ ਤਾਂ ਤੁਸੀਂ ਇੱਦੋਂ ਬਾਅਦ ਹੋਰ ਪਾਰਦਰਸ਼ਤਾ ਕੀ ਦੇਖੋਗੇ ਮੁੱਖ ਮੰਤਰੀ ਦੇ ਪਿੰਡ ਦੇ ਮੁੰਡੇ ਨੌਕਰੀ ਮਿਲ ਰਹੀ ਹੈ ਅਤੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹ ਸਾਡੇ ਪਿੰਡ ਦਾ ਮੁੰਡਾ ਨੌਕਰੀ ਲੈ ਰਿਹਾ ਇਹਦਾ ਮਤਲਬ ਪਾਰਦਰਸ਼ਤਾ ਨਾਲ ਹੋਇਆ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਜੇ ਸਾਡੇ ਪਿੰਡ ਦੇ ਮੁੰਡੇ ਵੀ ਪਾਸ ਕਰਨਗੇ ਉਹਨਾਂ ਨੂੰ ਵੀ ਨੌਕਰੀ ਮਿਲੂਗੀ ਚੀਮਿਆਂ ਵਾਲੇ ਪਾਸ ਕਰਨਗੇ ਚੀਮਿਆਂ ਵਾਲੇ ਨੂੰ ਮਿਲੂਗੀ ਇਹ 'ਚ ਕੋਈ ਮੇਰਾ ਇੱਕ ਮੈਂ ਵੰਡਣੇ ਸੀਗੇ ਨਿਯੁਕਤੀ ਪੱਤਰ 642 ਕਿਸੇ ਮਹਿਕਮੇ 'ਚ ਮੇਰੇ ਇੱਕ ਐੱਮ ਐੱਲ ਏ ਦਾ ਫੋਨ ਆਇਆ ਕਹਿੰਦਾ ਜੀ ਐੱਮ ਐੱਲ ਏ ਕਹਿੰਦਾ ਵੀ ਮਾਨ ਸਾਹਿਬ ਮੈਂ ਹਾਂਜੀ ਕਹਿੰਦੇ ਜਿਹੜਾ 642 ਪਰਸੋਂ ਨੂੰ ਦੇ ਰਹੇ ਹੋ ਮੈਂ ਕਿਹਾ ਹਾਂ ਕਹਿੰਦਾ ਆਪਣਾ ਮੁੰਡਾ ਇੱਕ
ਚੌਵੀਂ ਆਪਣਾ। ਮੈਂ ਕਿਹਾ ਅੱਛਾ ਵਧੀਆ ਗੱਲ ਹੈ। ਕਹਿੰਦਾ ਨਹੀਂ ਜੀ ਉਹ ਤਾਂ ਆਇਆ ਨਹੀਂ ਇਹਦੇ ਵਿੱਚ। ਮੈਂ ਕਿਹਾ ਵੀ ਕਿਵੇਂ? ਕਹਿੰਦਾ 642 'ਚ ਆਇਆ ਨਹੀਂ, ਕਹਿੰਦਾ ਪੰਜ ਨੰਬਰ ਤਿੰਨ ਨੰਬਰਾਂ 'ਤੇ ਰਹਿ ਗਿਆ ਕਹਿੰਦਾ। ਮੈਂ ਕਿਹਾ ਵੀ ਫਿਰ? ਕਹਿੰਦਾ ਉਹ ਤਾਂ ਬਹੁਤ ਜ਼ਿਆਦਾ ਆਪਣਾ ਜੀ, ਉਹ ਜਮਾਂ ਆਪਣਾ ਜੀ ਕਹਿੰਦਾ। ਮੈਂ ਕਿਹਾ ਅੱਛਾ ਫਿਰ ਕੀ ਕਰੀਏ? ਕਹਿੰਦਾ ਦੇਖੋ ਫਿਰ ਉਹ ਤਾਂ ਆਪਣਾ। ਮੈਂ ਕਿਹਾ ਵੀ ਕੀ ਕਰੀਏ ਕੀ ਫਿਰ ਹੁਣ? ਕਹਿੰਦਾ ਜੀ ਇੱਕ ਕੱਟ ਦਿਓ ਵਿੱਚੋਂ, ਆਪਣੇ ਵਾਲ ਨੂੰ ਪਾ ਲਓ। ਮੈਂ ਕਿਹਾ ਜੀ ਐਮ ਐਲ ਏ ਸਾਹਿਬ ਬੰਦਾ ਆਪਣਾ? ਕਹਿੰਦਾ ਜਮਾਂ ਹੀ ਆਪਣਾ। ਮੈਂ ਕਿਹਾ ਫਿਰ ਜਿਹੜੇ ਨੂੰ ਕੱਟਾਂਗੇ ਉਹ ਕਿਹਦਾ ਫਿਰ? ਜਿਹਦਾ ਨਾਂ ਕੱਟੋਗੇ ਪਰਸੋਂ ਨੂੰ ਉਹ ਕਿਹਦਾ? ਉਹਦੀ ਮਾਂ ਵੀ ਪਰਸੋਂ ਨੂੰ ਖੰਡ ਵਾਲੇ ਦਹੀਂ ਦਾ ਚਮਚਾ ਮੂੰਹ 'ਚ ਪਾ ਕੇ ਭੇਜੂਗੀ, ਜਾ ਪੁੱਤ ਨੌਕਰੀ ਲੈ ਕੇ ਆ, ਧੀ ਦਾ ਵਿਆਹ ਕਰਾਂਗੇ, ਭੈਣ ਦਾ ਵਿਆਹ ਕਰਾਂਗੇ, ਕਿਸੇ ਦੀ ਕਬੀਲਦਾਰੀ ਲੀਹ 'ਤੇ ਚੜੂਗੀ। ਜਿਹੜਾ ਆਪਣਾ ਹੈ ਉਹਨੂੰ ਕਹਿ ਦੇ ਅਗਲੀ ਵਾਰੀ ਪੇਪਰ ਦੇ ਕੇ 6 ਨੰਬਰ ਵੱਧ ਲੈ ਕੇ ਆ ਜੇ, ਜੇ ਜਮਾਂ ਹੀ ਆਪਣਾ। ਆਹੀ ਪਹਿਲਾਂ ਮੰਝ ਹੈ ਇਹਨਾਂ ਚੀਜ਼ਾਂ ਨੇ, ਜਮਾਂ ਹੀ ਆਪਣਾ, ਜਮਾਂ ਹੀ ਆਪਣਾ, ਆਪਣੇ ਹੀ ਲਾ ਲਏ ਸਾਰੇ। ਲੋਕਾਂ ਦੀ ਵਾਰੀ ਹੋਈ ਨਹੀਂ ਆਈ, ਵੋਟਾਂ 'ਚ ਵੀ ਆਪਣੇ, ਚੇਅਰਮੈਨੀਆਂ ਵੀ ਆਪਣੀਆਂ ਕੋਲ, ਮੰਤਰੀ ਵੀ ਆਪਣੇ, ਸਭ ਕੁਛ ਆਪਣੇ। ਲੋਕ ਕਿਤੇ ਪਿੱਛੇ ਰਹਿ ਗਏ, ਫਿਰ ਲੋਕਾਂ ਨੇ ਕੱਢ ਲਈ ਪੜਾਸ। ਫਿਰ ਆ ਮੈਨੂੰ ਇੱਕ ਤਾਂ ਮੈਨੂੰ ਵੀ ਇਹੋ ਜਿਹਾ ਕੁਛ ਮਸਾਲਾ ਬਹੁਤ ਮਿਲ ਜਾਂਦਾ। ਆ ਮੈਂ ਧਰਮਸ਼ਾਲਾ ਗਿਆ ਪਰਸੋਂ, ਮੈਚ ਸੀ ਪੰਜਾਬ ਵਾਲਿਆਂ ਦਾ, ਤੁਸੀਂ ਦੇਖਿਆ ਹੋਣਾ ਫੋਟੋ ਦੇਖੀ ਹੋਣੀ। ਉੱਥੇ ਮੈਨੂੰ ਪੰਜਾਬ ਦੀ ਟੀਮ ਦਾ ਇੱਕ ਪਲੇਅਰ ਮਿਲਿਆ, ਪੰਜਾਬੀ ਹੈ ਮੁੰਡਾ, ਮੈਂ ਨਾਂ ਨਹੀਂ ਦੱਸਣਾ ਉਹਦਾ। ਪੰਜਾਬ ਦੀ ਟੀਮ ਦਾ, ਪੰਜਾਬ ਦੀ ਟੀਮ 'ਚ ਖੇਡਦਾ। ਉਹ ਮੈਨੂੰ ਕਹਿੰਦਾ ਜੀ ਮੈਂ ਤਾਂ ਅਫਸਰੀ ਦਾ ਪੇਪਰ ਦਿੱਤਾ ਸੀ, ਇੱਕ ਬੇਨਤੀ ਹੈ। ਮੈਂ ਦੱਸੋ, ਕਹਿੰਦਾ ਜੀ ਕੈਪਟਨ ਸਾਹਿਬ ਕੋਲ ਗਏ, ਉਹ ਕਹਿੰਦੇ ਹਾਂ ਆਜੂਗਾ ਤੇਰਾ ਨੰਬਰ। ਕਹਿੰਦਾ ਜਦੋਂ ਤੱਕ ਨੰਬਰ ਆਉਣਾ ਸੀ ਕੈਪਟਨ ਦਾ ਨੰਬਰ ਹੀ ਕੱਟਿਆ ਗਿਆ ਜੀ, ਕੈਪਟਨ ਹੀ ਬਦਲਤਾ। ਕਹਿੰਦਾ ਅਸੀਂ ਸਪੋਰਟਸ ਕੋਟੇ ਦਾ ਵੀ ਨਾਲ ਲਾਇਆ, ਚੰਨੀ ਸਾਹਿਬ ਬਣ ਗਏ। ਕਹਿੰਦਾ ਚੰਨੀ ਸਾਹਿਬ ਕੋਲ ਗਏ ਮੈਂ ਅਤੇ ਮੇਰਾ ਬਾਪੂ, ਉਹ ਕਹਿੰਦੇ ਮੇਰੇ ਭਾਣਜੇ ਨੂੰ ਮਿਲ ਲਓ। ਭਾਣਜੇ ਨੂੰ ਜਾਣਦੇ ਹੋ? ਹਾਂ, ਉਹ ਕਹਿੰਦਾ ਭਾਣਜੇ ਨੂੰ ਮਿਲ ਲਓ। ਹੁਣ ਮਾਮਾ ਜੀ ਦਾ ਹੁਕਮ ਸੀ ਭਾਣਜੇ ਨੂੰ ਤਾਂ ਮਿਲਣਾ ਪੈਣਾ। ਭਾਣਜੇ ਕੋਲ ਗਏ, ਉਹ ਕਹਿੰਦਾ ਵੀ ਸਾਰੇ ਕਾਗਜ਼ ਠੀਕ ਨੇ, ਨੌਕਰੀ ਮਿਲੂ ਤੁਹਾਨੂੰ, ਦੋ ਕਰ ਦਿਓ ਬਸ। ਉਹ ਕਹਿੰਦਾ ਸਾਡੀ ਜੱਟ ਬੁੱਧੀ ਜੀ, ਕਹਿੰਦਾ ਮੈਂ ਅਤੇ ਮੇਰਾ ਬਾਪੂ ਅਗਲੇ ਦਿਨ 2 ਲੱਖ ਲੈ ਕੇ ਚਲੇ ਗਏ ਉਹਦੇ ਕੋਲ। ਕਹਿੰਦਾ ਨਲ ਤਾਂ ਕੱਢੀ ਉਹਨੇ ਗਾਲਾਂ, ਨਾਲੇ ਕਹਿੰਦਾ 2 ਦਾ ਮਤਲਬ 2 ਕਰੋੜ ਹੁੰਦਾ। ਤੁਸੀਂ ਪਤਾ ਕਿਹਦੇ ਕੋਲ ਆਏ ਹੋ? ਚੰਨੀ ਦੇ ਭਾਣਜੇ ਕੋਲ ਆਏ ਹੋ। ਕਹਿੰਦੇ 2 ਦਾ ਮਤਲਬ 2 ਕਰੋੜ ਹੈ, ਇੰਨੇ ਗਰੀਬ ਨੇ ਇਹ। ਅਤੇ ਜਦੋਂ ਵੋਟਾਂ ਵੇਲੇ ਕਹਿ ਦਈਏ ਕੁਛ, ਫਿਰ ਕਹਿੰਦਾ ਗਰੀਬ ਨੂੰ ਐਂ ਕਹਿੰਦੇ ਨੇ, ਗਰੀਬ ਨੇ ਜਿਹੜੇ ਐਂ ਕਰ ਖੜਾ, 2 ਉਂਗਲੀਆਂ ਖੜਾ ਕਰਦੇ ਨੇ, 2 ਕਰੋੜ ਹੁੰਦਾ ਉਹ। ਆਪਾਂ 2 ਲੱਖ ਠੀਕਰੀਆਂ ਨਹੀਂ ਗਿਣੀਆਂ ਕਦੇ ਇੱਥੇ, ਆਹ ਨੇ ਗਰੀਬ ਦੇਖ ਲਓ। ਤਾਂ ਤਾਂ ਫਿਰ ਮੈਂ ਕਹਿਣਾ ਵੀ ਇਹ ਹਜੇ ਗਰੀਬ ਤਾਂ ਘਰ ਘਰ ਹੋਣ, ਜਿਹਨਾਂ ਦੇ ਘਰੋਂ 8-8 ਕਰੋੜ ਮਿਲਦਾ। ਉਹ ਤਾਂ ਐਂ 8, ਉਹ ਐਂ ਕਿਹਾ ਉਹਨਾਂ ਨੇ ਕਿਸੇ ਨੂੰ 8 ਕਰ ਦੀ, ਉਹਨੇ 8 ਕਰਤਾ ਹੋਣਾ। ਮੰਗਰੀ ਆ ਗਏ ਉਹ ED ਵਾਲੇ, ਚੱਲੇ ਗਏ। ਸੋ ਇਸ ਕਰਕੇ ਵੀਰੋ ਇਹ ਪੈਸੇ ਨਾਲ ਨਹੀਂ ਜਾਣੇ, ਨਾ ਹੀ ਕੋਈ ਇੱਥੇ ਜਿਹੜੀਆਂ ਠੱਗੀਆਂ ਠੋਰੀਆਂ ਮਾਰਦੇ ਨੇ। ਉਹ ਮੁਹੰਮਦ ਬਖਸ਼ ਨੇ ਲਿਖਿਆ, ਕਹਿੰਦਾ ਜਿਨ੍ਹਾਂ ਲਈ ਤੂੰ ਪਾਪ ਕਮਾਉਣਾ, ਕਿੱਥੇ ਗਏ ਤੇਰੇ ਘਰ ਦੇ? ਉਹ ਜਿਨ੍ਹਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਘਰ ਦੇ? ਪੈਰ ਪਸਾਰ ਪਿਆ ਵਿੱਚ ਵਿਹੜੇ, ਚੱਕੋ ਚੱਕੋ ਕਰਦੇ, ਦਿਨ ਨਹੀਂ ਛਿਪਣ ਦਿੰਦੇ। ਉਹਦੀ ਕਹਿੰਦੇ ਨੇ ਝਾੜੂ ਵਾਲੀ ਭੂਆ ਪਰਸੋਂ ਨੂੰ ਫੁੱਲਾਂ 'ਤੇ